ਹਸਪਤਾਲ ਦੇ ਵਿੱਚ ਵੜ ਕੇ ਦੋ ਬਦਮਾਸ਼ਾਂ ਦੇ ਵੱਲੋਂ ਇੱਕ ਮਹਿਲਾ ਡਾਕਟਰ ਦੇ ਨਾਲ ਬਦਤਮੀਜ਼ੀ ਕੀਤੀ ਗਈ ਹੈ। ਦੱਸ ਦਈਏ ਕਿ 8 ਮਹੀਨਿਆਂ ਦੀ ਇਹ ਮਹਿਲਾ ਡਾਕਟਰ ਪ੍ਰੈਗਨੈਂਟ ਦੱਸੀ ਜਾ ਰਹੀ ਹੈ, ਜਿਸ ਦੇ ਨਾਲ ਇਹ ਬਦਤਮੀਜ਼ੀ ਕੀਤੀ ਗਈ ਹੈ। ਦਰਅਸਲ ਤੁਹਾਨੂੰ ਪੂਰਾ ਮਾਮਲਾ ਦੱਸ ਦਈਏ ਕਿ ਡਾਕਟਰ ਦੇ ਮੁਤਾਬਿਕ ਉਹ ਜਦੋਂ ਹਸਪਤਾਲ ਦੇ ਵਿੱਚ ਆਏ ਤਾਂ ਉਸ ਸਮੇਂ ਉਸਨੇ ਦੋ ਬਦਮਾਸ਼ਾਂ ਨੂੰ ਐਂਟਰ ਹੁੰਦੇ ਦੇਖਿਆ ਅਤੇ ਜਿਵੇਂ ਹੀ ਉਹਨਾਂ ਨੂੰ ਕਾਰਨ ਪੁੱਛਿਆ ਕਿ ਉਹ ਇੱਥੇ ਕਿਉਂ ਆਏ ਨੇ, ਤਾਂ ਉਸ ਤੋਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਡਾਕਟਰ ਦੇ ਹੱਥ ਨੂੰ ਫੜਿਆ ਅਤੇ ਫਿਰ ਉਸ ਦੇ ਨਾਲ ਧੱਕਾ ਮੁੱਕੀ ਕੀਤੀ ਗਈ। ਦੱਸ ਦਈਏ ਕਿ ਜੋ ਮਹਿਲਾ ਡਾਕਟਰ ਹੈ ਉਹ 8 ਮਹੀਨਿਆਂ ਦੀ ਗਰਭਵਤੀ ਦੱਸੀ ਜਾ ਰਹੀ ਹੈ ਅਤੇ ਜੋ ਇਹ ਬਦਮਾਸ਼ ਹਸਪਤਾਲ ਦੇ ਵਿੱਚ ਦਾਖਲ ਹੋਈ ਸੀ ਇਹ ਚੋਰੀ ਦੀ ਨੀਅਤ ਦੇ ਨਾਲ ਦੱਸਿਆ ਜਾ ਰਿਹਾ ਕਿ ਹਸਪਤਾਲ 'ਚ ਐਂਟਰ ਹੋਈ ਸੀ ਅਤੇ ਐਂਟਰ ਹੁੰਦੇ ਸਾਰ ਹੀ 3 ਨੰਬਰ ਕਮਰੇ ਦੇ ਵਿੱਚ ਗਏ, ਜਿਸ ਤੋਂ ਬਾਅਦ ਉਹਨਾਂ ਨੇ ਉੱਥੋਂ ਕੁਝ ਸਰਿੰਜਾਂ ਨੂੰ ਆਪਣੇ ਨਾਲ ਚੁੱਕਿਆ ਅਤੇ ਜੇਬ ਦੇ ਵਿੱਚ ਪਾ ਕੇ ਮੌਕੇ ਤੋਂ ਫਰਾਰ ਹੋ ਗਏ। ਤਾਂ ਮਾਮਲਾ ਮੋਹਾਲੀ ਦੇ ਢਕੋਲੀ ਦਾ ਦੱਸਿਆ ਜਾ ਰਿਹਾ, ਜਿੱਥੇ ਕਿ ਇੱਕ ਹਸਪਤਾਲ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਬਦਤਮੀਜ਼ੀ ਕੀਤੀ ਗਈ। ਹਾਲਾਂਕਿ ਘਟਨਾ ਸਾਰੇ ਹੀ ਕੋਲ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਬਦਮਾਸ਼ ਇਸ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਬਿਨਾਂ ਕਿਸੇ ਨੂੰ ਪੁੱਛੇ ਸਿੱਧਾ ਹੀ ਕਮਰੇ ਦੇ ਵਿੱਚ ਵੜਦੇ ਨੇ ਅਤੇ ਪਿੱਛੋਂ ਤੋਂ ਆ ਕੇ ਜਦੋਂ ਮਹਿਲਾ ਡਾਕਟਰ ਦੇ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਮਹਿਲਾ ਡਾਕਟਰ ਦੇ ਨਾਲ ਵੀ ਇਹਨਾਂ ਦੇ ਵੱਲੋਂ ਬਦ ਸਲੂਕੀ ਕੀਤੀ ਗਈ ਅਤੇ ਉਸ ਦੇ ਨਾਲ ਵੀ ਧੱਕਾ ਮੁੱਕੀ ਕੀਤੀ ਗਈ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਜਿੱਥੇ ਮਹਿਲਾ ਡਾਕਟਰ ਦੇ ਵੱਲੋਂ ਸੁਰੱਖਿਆ ਨੂੰ ਲੈ ਕੇ ਕੜੇ ਇੰਤਜ਼ਾਮ ਹਸਪਤਾਲ ਦੇ ਵਿੱਚ ਕਰਨ ਦੀ ਅਪੀਲ ਕੀਤੀ ਹੈ, ਉੱਥੇ ਹੀ ਪੁਲਿਸ ਦੇ ਵੱਲੋਂ ਹੁਣ ਇਹਨਾਂ ਬਦਮਾਸ਼ਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਅੱਜ ਦਾ ਭਾਣਾ ਇਹ ਵਰਤਿਆ ਜੀ, ਮੈਂ ਆਪਣੀ ਡਿਊਟੀ 'ਤੇ ਆਈ ਸੀਗੀ, ਨਾਈਟ ਡਿਊਟੀ 'ਤੇ ਮੇਰੇ ਹਸਬੈਂਡ ਮੈਨੂੰ ਛੱਡਣ ਆਏ ਸੀਗੇ ਸ਼ਾਮ ਨੂੰ, ਠੀਕ ਹੈ। ਉਹਨਾਂ ਨੂੰ ਮੈਂ ਸੀ ਆਫ ਕਰਨ ਜਾਂਦੀ ਹਾਂ, ਕਰੀਬ 7:45 ਦਾ ਟਾਈਮ ਸੀਗਾ ਅਤੇ ਜਦੋਂ ਮੈਂ ਬਾਹਰ ਜਾਂਦੀ ਹਾਂ ਅੰਦਰ ਦੋ ਲੜਕੇ ਆਉਂਦੇ ਨੇ, ਅਨਨੋਨ ਬੰਦੇ ਐਂਟਰ ਕਰਦੇ ਨੇ ਸੀ ਐੱਚ ਸੀ ਵਿੱਚ ਅਤੇ ਉਹ ਸਿੱਧਾ ਜਾ ਕੇ 3 ਨੰਬਰ 'ਚ ਵੜ ਜਾਂਦੇ ਨੇ। ਮੈਂ ਉਹਨਾਂ ਦੇ ਪਿੱਛੇ ਜਾਂਦੀ ਹਾਂ 3 ਨੰਬਰ 'ਚ, ਮੈਂ ਦੇਖਦੀ ਹਾਂ ਕਿ ਉਹਨਾਂ ਦੀ ਜੇਬ ਵਿੱਚ ਸਰਿੰਜਾਂ ਪਈਆਂ ਨੇ। ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹਾਂ, ਉਹਨਾਂ ਨੂੰ ਪੁੱਛਦੀ ਹਾਂ ਵੀ ਇਹ ਤੁਸੀਂ ਕੀ ਕਰ ਰਹੇ ਹੋ। ਉਹਨਾਂ ਵਿੱਚੋਂ ਇੱਕ ਜਿਹੜਾ ਹੁੰਦਾ ਲੜਕਾ, ਉਹ ਮੇਰਾ ਹੱਥ ਝਟਕਦਾ ਅਤੇ ਮੈਨੂੰ ਧੱਕਾ ਮਾਰਦਾ ਅਤੇ ਇਸ ਤੋਂ ਬਾਅਦ ਉਹਦੇ ਨਾਲ ਪਿੱਛੇ ਇੱਕ ਦੂਸਰਾ ਲੜਕਾ ਸੀਗਾ, ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹਾਂ ਬਟ ਉਹ ਦੋਵੇਂ ਭੱਜ ਜਾਂਦੇ ਨੇ। ਮੈਂ ਰੌਲਾ ਪਾਉਂਦੀ ਹਾਂ ਕਿ ਚੋਰੀ ਹੋ ਰਹੀ ਹੈ ਇੱਥੇ ਹੋਸਪਿਟਲ 'ਚ, ਸਟਾਫ ਆਉਂਦੇ ਨੇ ਭੱਜ ਕੇ 6 ਨੰਬਰ 'ਚੋਂ, ਉਹ ਆ ਕੇ ਦੇਖਦੇ ਨੇ ਬਟ ਉਹਨੇ ਟਾਈਮ ਵਿੱਚ ਹੀ ਜਿਹੜਾ ਕਲਪ੍ਰਿਟ ਸੀਗਾ ਉਹ ਉੱਥੋਂ ਜਾ ਚੁੱਕਿਆ ਸੀਗਾ ਅਤੇ ਫਿਰ ਅਸੀਂ ਬਾਹਰ ਜਾ ਕੇ ਦੇਖਦੇ ਹਾਂ ਬਟ ਉਹਨਾਂ ਦਾ ਕੋਈ ਨਾਮ ਨਿਸ਼ਾਨ ਨਹੀਂ ਸੀਗਾ ਅਤੇ ਇਸ ਤੋਂ ਬਾਅਦ ਮੈਂ ਪੁਲਿਸ ਕੰਪਲੇਂਟ ਦਰਜ ਕੀਤੀ ਹੈ ਅਤੇ ਪੁਲਿਸ ਕੰਪਲੇਂਟ ਦਰਜ ਕਰਨ ਦੇ ਨਾਲ ਨਾਲ ਮੈਂ ਆਪਣੇ ਡਿਪਾਰਟਮੈਂਟ ਵਿੱਚ ਵੀ ਇੱਕ ਕੰਪਲੇਂਟ ਦਰਜ ਕੀਤੀ ਸੀਗੀ ਇਸ ਇੰਸੀਡੈਂਟ ਦੀ। ਬਸ ਇਸ ਜਿਹੇ ਇੰਸੀਡੈਂਟ ਕਰਕੇ ਹੀ ਅਸੀਂ ਜਿਹੜੀ ਕੱਲ੍ਹ ਦੀ ਸਟ੍ਰਾਈਕ ਕਰ ਰਹੇ ਹਾਂ। ਬੜੀ ਮਨਭਾਗੀ ਘਟਨਾ ਹੈ ਕਿ ਸਾਡੇ ਹਸਪਤਾਲਾਂ ਵਿੱਚ ਸਾਨੂੰ ਕੋਈ ਸਿਕਿਉਰਿਟੀ ਨਹੀਂ ਦਿੱਤੀ ਜਾ ਰਹੀ, ਸਾਡੀ ਅਸੀਂ ਡਿਊਟੀ 'ਤੇ ਸੇਫ ਫੀਲ ਨਹੀਂ ਕਰਦੇ ਅਤੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਹਦੇ ਲਈ ਕੁਛ ਵਧੀਆ ਹੀਲਾ ਕਰੇ ਅਤੇ ਸਾਨੂੰ ਜਲਦ ਤੋਂ ਜਲਦ ਸਿਕਿਉਰਿਟੀ ਪ੍ਰੋਵਾਈਡ ਕਰਾਈ ਜਾਵੇ। ਮੈਡਮ, ਜਿਹੜੇ ਦੋ ਲੋਕ ਆਏ ਸੀ ਉਹ ਕਿਸ ਚੀਜ਼ 'ਤੇ ਸਵਾਰ ਸੀ, ਪੈਦਲ ਸੀ, ਕੀ ਸੀ? ਉਹ ਪੈਦਲ ਆਏ ਸੀਗੇ ਜੀ, ਉਹ ਪੈਦਲ ਆਏ ਸੀ, ਪੈਦਲ ਆ ਕੇ ਇੱਕਦਮ 3 ਨੰਬਰ 'ਚ ਵੜੇ ਨੇ ਅਤੇ ਫਿਰ ਭੱਜ ਗਏ। ਚੋਰੀ ਕੀ ਕਰਨ ਦੀ ਕੋਸ਼ਿਸ਼ ਕੀਤੀ? ਸਰਿੰਜਾਂ ਚੋਰੀ ਕੀਤੀਆਂ। ਸਰਿੰਜਾਂ ਨਸ਼ੇੜੀ ਟਾਈਪ ਕੁਛ ਲੱਗ ਰਿਹਾ? ਨਸ਼ੇੜੀ ਟਾਈਪ ਜੀ, ਬਿਲਕੁਲ। ਮੈਡੀਕਲ ਅਫਸਰ ਸੀ ਐੱਸ ਢਕੋਲੀ, ਇੱਥੇ ਸੇਵਾ ਨਿਭਾ ਰਹੇ ਹਾਂ ਜੀ। ਮੈਨੂੰ ਕਰੀਬ 7:30 ਵਜੇ ਡਾਕਟਰ ਪ੍ਰਭਜੋਤ ਦਾ ਫੋਨ ਆਇਆ ਅਤੇ ਇਹਨਾਂ ਨੇ ਮੈਨੂੰ ਇੰਸੀਡੈਂਸ ਬਾਰੇ ਦੱਸਿਆ। ਮੈਂ ਨਾ ਦੇ ਨਾਲ ਉਹਦੀ 15-20 ਮਿੰਟਾਂ ਦੇ ਵਿੱਚ ਮੈਂ ਪਹੁੰਚ ਗਿਆ ਸੀ ਅਤੇ ਉਸ ਤੋਂ ਬਾਅਦ ਅਸੀਂ ਇੱਕ ਇੰਸਟੀਟਿਊਸ਼ਨਲ FIR ਦਰਜ ਕਰਾਤੀ SMO ਦੇ ਬਿਹਾਫ 'ਤੇ ਅਤੇ ਉਹਦੀ ਕਾਰਵਾਈ ਚੱਲ ਰਹੀ ਆ। ਪੁਲਿਸ ਨੇ FIR ਦਰਜ ਕਰ ਲਈ ਆ
ਅਤੇ ਬਣਦੀ ਕਾਰਵਾਈ ਪੁਲਿਸ ਨੇ ਸਾਨੂੰ ਵਿਸ਼ਵਾਸ ਦਿੱਤਾ ਕਿ ਕੱਲ੍ਹ ਤੱਕ ਅਸੀਂ ਬੰਦੇ ਦੇ ਅਸੀਂ ਉਹਨੂੰ ਕਰ ਲਵਾਂਗੇ, ਟਰੇਸ ਕਰ ਲਵਾਂਗੇ ਅਤੇ ਮੋਰਓਵਰ ਮੈਂ ਇਸ ਇੰਸੀਡੈਂਸ ਦੀ ਬਿਹਾਫ 'ਤੇ ਕਹਿਣਾ ਚਾਹੁੰਦਾ, ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਬਹੁਤ ਹੋ ਗਿਆ ਜੀ, ਹੁਣ ਸਾਡੀ ਹੁਣ ਤਾਂ ਸੁਣ ਲਓ, ਸਾਡੀ ਕਿੰਨੀਆਂ ਕੁ ਸਾਡੀਆਂ ਬੇਇੱਜ਼ਤੀਆਂ ਕਰਵਾਉਣੀਆਂ ਸੀ, ਹੈ ਨਾ, ਜਗ੍ਹਾ ਜਗ੍ਹਾ ਸਾਡੇ ਡਾਕਟਰਾਂ ਨਾਲ ਕਦੇ ਕਿਤੇ ਪਹਿਲਾਂ ਨੰਗਲ ਹੋ ਚੁੱਕਿਆ, ਕਦੇ ਰੇਲਕੋਟਲੇ, ਕਦੇ BMC, ਸਾਰੇ ਡਾਕਟਰਾਂ ਨਾਲ, ਹੈ ਨਾ, ਸਪੈਸ਼ਲੀ ਫੀਮੇਲ ਡਾਕਟਰਾਂ ਨਾਲ ਰਾਤ ਨੂੰ ਇਕੱਲੀਆਂ ਹੁੰਦੀ, ਇਕੱਲੇ ਕਈ ਵਾਰ ਸਟਾਫ ਹੁੰਦਾ, ਕੋਈ ਸੁਰੱਖਿਆ ਦਾ ਪ੍ਰਬੰਧ ਨਹੀਂ। ਅਸੀਂ ਕੱਲ੍ਹ ਦੀ ਸਟ੍ਰਾਈਕ ਇਸ ਵਜ੍ਹਾ ਕਰਕੇ ਕਰਨ ਜਾ ਰਹੇ ਹਾਂ। ਮੈਂ ਸਰਕਾਰ ਨੂੰ ਫਿਰ ਅਪੀਲ ਕਰਦਾ, ਪਲੀਜ਼ ਇਹਨੂੰ ਸੀਰੀਅਸ ਲਓ, ਇਹ ਵਿਸ਼ੇ ਨੂੰ ਤੁਸੀਂ ਇਹਨੂੰ ਇੰਨਾ ਮਤਲਬ ਡੀ ਲਾਈਨ ਨਾ ਲਾਈ ਨੇਟ ਨਾ ਕਰੋ ਇਸ ਚੀਜ਼ ਨੂੰ, ਪਲੀਜ਼ ਤੁਸੀਂ, ਅਸੀਂ ਤੁਹਾਡੇ ਤੋਂ ਸੁਰੱਖਿਆ ਦੀ ਇੱਕ ਛੋਟੀ ਜਿਹੀ ਇੱਕ ਜਿਵੇਂ ਹੁੰਦਾ ਨਾ ਵੀ ਇੱਕ ਸਾਡੀ ਉਹ ਨਹੀਂ ਹੈਗੀ ਬਹੁਤ ਵੱਡੀਆਂ ਮੰਗਾਂ ਨੇ, ਛੋਟੀਆਂ ਛੋਟੀਆਂ ਸਾਡੀਆਂ ਮੰਗਾਂ ਨੇ, ਹੈ ਨਾ, ਸਾਡੀ ਇੱਕ ਪ੍ਰਾਇਮਰੀ ਮੰਗ ਆ, ਪਲੀਜ਼ ਸਿਕਿਉਰਟੀ ਪ੍ਰੋਵਾਈਡ ਕੀਤੀ ਜਾਵੇ, ਪਲੀਜ਼ ਪਲੀਜ਼। ਅਤੇ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਬਸ ਹੁਣ ਬੋਲ ਬੋਲ ਕੇ ਵੀ ਸਾਡਾ ਵੀ ਉਹ ਹੋ ਜਾਂਦਾ, ਹੈ ਨਾ ਡਾਕਟਰ ਸਾਹਿਬ, ਜਿਹੜੀ ਘਟਨਾ ਉਹ CCTV ਵਿੱਚ ਕੈਦ ਹੋਈ ਹੈ ਸਾਰੀ। ਹਾਂ, ਇਹ ਜਿਹੜੀ ਘਟਨਾ ਸਾਡੇ CCTV ਕੈਮਰੇ ਫੰਕਸ਼ਨਲ ਸੀਗੇ, ਅਤੇ ਸਾਰੀ ਘਟਨਾ CCTV ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ, ਅਤੇ ਬਾਕੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ, ਅਤੇ ਸਾਨੂੰ ਵਿਸ਼ਵਾਸ ਹੈ ਵੀ ਇਨਸਾਫ਼ ਮਿਲਜੂ। ਪਰ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਇਨਸਾਫ਼ ਦੀ ਹੋਰ ਗੱਲ ਆ, ਮੰਨ ਲਓ ਡਾਕਟਰ ਸਾਹਿਬ ਸੀ, ਹੈ ਨਾ, ਜੇ ਕੋਈ ਅਣਸਖਾਵੀ ਘਟਨਾ ਕੋਈ ਹੋਰ, ਠੀਕ ਹੈ, ਕੁਛ ਵੀ ਵਾਪਰ ਗਈ ਤਾਂ ਕੌਣ ਰਿਸਪੋਂਸੀਬਲ ਆ, ਕੌਣ ਜ਼ਿੰਮੇਵਾਰੀ ਲਏਗਾ? ਮਿਨਿਸਟਰ ਸਾਹਿਬ, ਹੈਲਥ ਮਿਨਿਸਟਰ ਸਾਹਿਬ, CM ਸਾਹਿਬ, ਮੇਰੀ ਅਪੀਲ ਆ, ਪਲੀਜ਼ ਪ੍ਰੋਵਾਈਡ ਕਰੋ ਸਾਨੂੰ ਸਿਕਿਉਰਟੀ, ਸਾਨੂੰ ਇਹ ਚੀਜ਼ ਨੂੰ ਲਾਈਟ ਨਾ ਲਿਆ ਜਾਵੇ, ਪਲੀਜ਼, ਮੇਰੀ ਬੇਨਤੀ ਹੈ, ਇਹਨੂੰ ਕੀਤਾ ਜਾਵੇ, ਇਹਨੂੰ ਹੱਲ ਤਾਂ ਵੀ ਇਸ 'ਤੇ ਹੱਲ ਕੀਤਾ ਜਾਵੇ। ਇਸ ਤੋਂ ਪਹਿਲਾਂ ਵੀ ਕੋਈ ਇੰਸੀਡੈਂਟ ਹੋ ਗਏ ਹੋਏ? ਤੁਹਾਨੂੰ ਮੇਰਾ ਤਾਂ ਇੰਸੀਡੈਂਟ ਪਤਾ ਹੀ ਹੋਣਾ ਨਾ, ਪਹਿਲਾਂ ਮੈਂ ਭੁੱਖ ਹੜਤਾਲ ਵੀ ਕਰ ਚੁੱਕਿਆ, ਸਾਡੇ DIG ਸਾਹਿਬ, ਹੈ ਨਾ, ਕ੍ਰਾਈਮ, ਉਹਨਾਂ ਨੇ ਲੈਟਰ ਵੀ ਦਿੱਤੀ ਹੈ ਮੈਨੂੰ ਕਿ ਵੀ ਤੁਹਾਨੂੰ ਸੁਰੱਖਿਆ ਪ੍ਰੋਵਾਈਡ ਕੀਤੀ ਜਾਵੇ। DIG ਸਾਹਿਬ, ਥੋੜ੍ਹਾ ਜਿਹਾ ਪਲੀਜ਼, ਮੈਂ ਤੁਹਾਨੂੰ ਕੀ ਰਿਕੁਐਸਟ ਹੀ ਕਰ ਸਕਦਾ ਵੀ ਤੁਸੀਂ ਸਾਨੂੰ ਲੈਟਰ ਦੇ ਕੇ ਵੀ ਉਹਦਾ ਕੁਛ ਮਤਲਬ ਕਿ ਪੁਖਤਾ ਪ੍ਰਬੰਧ ਨਹੀਂ ਕੀਤੇ, ਸਾਨੂੰ ਲੈਟਰ ਮਿਲ ਚੁੱਕੀ ਸੀ ਕਿ ਤੁਹਾਡੇ 24 ਘੰਟੇ 24/7 ਸਿਕਿਉਰਿਟੀ ਪ੍ਰੋਵਾਈਡ ਕਰਾਂਗੇ। ਸਿਕਿਉਰਿਟੀ ਦਾ ਚੀਜ਼ ਹੈ, ਕੋਈ ਸਿਰਫ ਕਾਗਜ਼ਾਂ ਦੇ ਵਿੱਚ ਹੀ ਆ ਸਾਰੀਆਂ ਚੀਜ਼ਾਂ, ਕੋਈ ਜ਼ਮੀਨੀ ਪੱਧਰ 'ਤੇ ਸਾਨੂੰ ਕੋਈ ਵੀ, ਮੇਰਾ 2 ਸਾਲ ਹੋ ਗਏ ਹੁਣ ਜੀ, ਹੈ ਨਾ, ਇਹ ਗੱਲ ਨੂੰ ਹਜੇ ਤੱਕ ਕੋਈ ਵੀ ਹੱਲ ਨਹੀਂ ਮਿਲਿਆ। ਮੇਰੀ ਬਾਰ ਬਾਰ ਅਪੀਲ ਹੈ ਵੀ ਇਹ ਚੀਜ਼ ਨੂੰ ਹੱਲ ਕੀਤਾ। ਅਗਰ ਕੱਲ੍ਹ ਨੂੰ ਜਿਹੜੀ ਸਟ੍ਰਾਈਕ ਤੁਸੀਂ ਲੋਕ ਕਰ ਰਹੇ ਹੋ ਉਸ 'ਤੇ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ, ਕਿਆ ਤੁਸੀਂ ਦੁਬਾਰਾ ਭੁੱਖ ਹੜਤਾਲ 'ਤੇ ਬੈਠੋਗੇ ਜੀ? ਸਰ, ਯੂਨੀਅਨ ਇਹ ਜੇ ਮੈਨੂੰ ਬਿਠਾਉਣਾ ਚਾਹੁੰਦੇ ਹਾਂ ਮੈਂ ਬੈਠ ਜਾਵਾਂਗਾ, ਕੋਈ ਮੇਰੇ ਲਈ ਉਹ ਇਸ਼ੂ ਨਹੀਂ ਹੈਗਾ, ਜੇ ਯੂਨੀਅਨ ਕਹੇਗੀ ਤਾਂ ਮੈਂ ਬੈਠਣ ਲਈ ਤਿਆਰ, ਠੀਕ ਹੈ। ਪਰਸਨਲ ਲੈਵਲ 'ਤੇ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਪਰਸਨਲ ਲੈਵਲ 'ਤੇ ਮੈਂ ਤਿਆਰ ਹਾਂ, ਜੋ ਜੇ ਮੇਰੇ ਡਾਕਟਰਾਂ 'ਤੇ ਇੰਨਾ ਆਉਂਦਾ ਤਾਂ ਮੈਂ ਪਰਸਨਲ ਲੈਵਲ 'ਤੇ ਵੀ ਤਿਆਰ ਹਾਂ, ਕੋਈ ਵੀ ਕਦਮ ਚੱਕਣ ਲਈ ਤਿਆਰ। ਸਰਕਾਰ ਜੀ ਸੀਰੀਅਸ ਨਹੀਂ ਹੋ ਰਹੀ ਜੀ, ਇਸ ਵਿਸ਼ੇ ਨੂੰ ਬਹੁਤ ਜ਼ਿਆਦਾ ਸੀਰੀਅਸ ਨਹੀਂ ਲਿਆ ਜਾ ਰਿਹਾ। ਜਦੋਂ ਵੀ ਮਿਲਣ ਜਾਈਦਾ, ਸਾਡੇ ਕੋਲ ਫੰਡ ਹੈ ਨਹੀਂ, ਸਾਡੇ ਕੋਲ ਇਹ ਹੈ ਨਹੀਂ, ਉਹ ਹੈ ਨਹੀਂ, ਸਾਨੂੰ ਵਿਸ਼ਵਾਸ ਦਵਾ ਦਿੰਦੇ ਆ ਵੀ ਸਾਨੂੰ ਕਰ ਦਾਂਗੇ, ਸਾਰਾ ਪ੍ਰੋਵਾਈਡ ਕਰ ਦਾਂਗੇ, ਹੁਣ ਵੀ ਸਾਨੂੰ ਵਿਸ਼ਵਾਸ ਦਵਾ ਰਹੇ ਆ, ਪਰ ਸਾਨੂੰ ਵਿਸ਼ਵਾਸ ਨਹੀਂ, ਹੁਣ ਸਾਨੂੰ ਨੋਟੀਫਿਕੇਸ਼ਨ ਚਾਹੀਦਾ ਜੀ ਅੱਗੇ, ਤਾਂ ਜਦੋਂ ਤੱਕ ਨੋਟੀਫਿਕੇਸ਼ਨ ਇਸ਼ੂ ਨਹੀਂ ਹੁੰਦਾ ਅਸੀਂ ਸਟ੍ਰਾਈਕ ਜਾਰੀ ਰੱਖਾਂਗੇ ਆਪਣੀ। ਦੇਖੋ ਜੀ, ਸਾਡਾ ਇੱਕ ਇੱਕ ਡਾਕਟਰ ਹੁੰਦਾ,
ਇੱਕ ਸਟਾਫ ਹੁੰਦਾ ਨਾਲ ਇੱਕ ਸਾਡਾ ਕਲਾਸਰੂਮ ਹੁੰਦਾ, ਠੀਕ ਹੈ, ਅਤੇ ਬਾਕੀ ਕੋਈ ਸਟਾਫ ਨਹੀਂ ਹੁੰਦਾ ਨਾਲ, ਮਤਲਬ ਕੋਈ ਸਟਾਫ ਕਹਿੰਦਾ ਮਤਲਬ ਕੋਈ ਸਿਕਿਉਰਿਟੀ ਗਾਰਡ ਨਹੀਂ ਹੁੰਦਾ। ਮਗਰ ਤੁਸੀਂ ਆਪ ਹੀ ਸੋਚ ਸਕਦੇ ਹੋ ਵੀ ਮਤਲਬ ਕਿੰਨੀ ਸੀਰੀਅਸ ਆ ਸਾਡੀ। ਮਗਰ ਮੈਂ ਸਰਕਾਰਾਂ ਨੂੰ ਦੋਸ਼ ਦਿੰਦਾ, ਮੈਂ ਪਾਰਟੀਕੁਲਰ ਇਹ ਗੌਰਮੈਂਟ ਨੂੰ ਨਹੀਂ ਕਹਿ ਰਿਹਾ।